ਤਾਂ ਇਹ ਤਸਵੀਰਾਂ ਪਿੰਡ ਖਿਆਲਾ ਦੀਆਂ ਨੇ ਜਿੱਥੇ 6 ਸਾਲਾਂ ਦੇ ਬੱਚੇ ਨੂੰ ਬੋਰਵੈਲ ਦੇ ਵਿੱਚ ਕੱਢਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ ਤਾਂ ਦੂਸਰੇ ਪਾਸੇ ਇੱਕ ਜਿਹੜੀ ਇਸ ਗੱਡੀ ਦੇ ਵਿੱਚ ਕੈਮਰੇ ਦੇ ਲਈ ਸਕਰੀਨ ਲਗਾਈ ਗਈ ਹੈ ਤਾਂ ਜਿਹੜਾ ਕੈਮਰਾ ਭੇਜਿਆ ਗਿਆ ਅੰਦਰ ਤਾਂ ਉਸ ਕੈਮਰਾ ਨੂੰ ਅੰਦਰ ਦੇਖਿਆ ਜਾ ਰਿਹਾ ਹੈ ਹਾਲਾਂਕਿ ਵੱਖ ਵੱਖ ਪੁਲਿਸ ਫੋਰਸ ਜਿਹੜੀ ਹੈ ਉਹ ਇੱਥੇ ਮੌਜੂਦ ਹੈਗੀ ਆ ਤਾਂ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਬੱਚਾ 6 ਸਾਲਾਂ ਦਾ ਵਿੱਚ ਬੋਰਵੈਲ ਦੇ ਵਿੱਚ ਡਿੱਗਾ ਉਹ ਕੁੱਤੇ ਤੋਂ ਆਪਣੀ ਜਾਨ ਬਚਾਉਣ ਦੇ ਲਈ ਆਪਣੀ ਭੈਣ ਦੇ ਨਾਲ ਇੱਧਰ ਨੂੰ ਦੌੜਿਆ ਤਾਂ ਇਸ ਬੋਰਵੈਲ ਦੇ ਉੱਪਰ ਬੋਰੀ ਪਈ ਹੋਈ ਸੀ ਤਾਂ ਬੋਰੀ ਦੇ ਉੱਪਰ ਜਦੋਂ ਪੈਰ ਰੱਖਿਆ ਉਸਨੇ ਤਾਂ ਵਿੱਚ ਜਾ ਡਿੱਗਾ ਤਾਂ ਇਹ ਤਸਵੀਰਾਂ ਹੁਣ ਤੁਹਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਿਖਾਉਣ ਦੀ ਕਿਉਂਕਿ ਬੱਚਾ ਜਿਹੜਾ ਹੈ ਉਹ ਸਿਰ ਪਰਨੇ ਥੱਲੇ ਡਿੱਗਾ ਸਿਰ ਉਹਦਾ ਥੱਲੇ ਨੂੰ ਆ ਲੱਤਾਂ ਉੱਪਰ ਵਾਲੇ ਪਾਸੇ ਨੂੰ ਆ ਤਾਂ ਇੱਕ ਕੁੰਡੀ ਪਾਉਣੀ ਜਾਂ ਫਿਰ ਰੱਸੀ ਦੇ ਨਾਲ ਉਹਨੂੰ ਬੰਨਣਾ ਬੜਾ ਔਖਾ ਹੋ ਰਿਹਾ ਹੈ ਤਾਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਤਾਂ ਲਗਾਤਾਰ ਜਿਹੜੀ ਹੈ ਆਕਸੀਜਨ ਦੀ ਪਾਈਪ ਉਸ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਉਹ ਸਵੇਰ ਤੋਂ ਹੀ ਆਕਸੀਜਨ ਜਿਹੜੀ ਹੈ ਉਹ ਪਾਈ ਗਈ ਹੈ ਤਾਂ ਜਿਹੜੀ ਰੱਸੀ ਹੁਣ ਬਣਾ ਕੇ ਜਿਹੜੀ ਹੈ ਅੱਗੋਂ ਫੰਦਾ ਕਹਿ ਸਕਦੇ ਹਾਂ ਤਾਂ ਕੁੰਡੀ ਵੀ ਦੇਖ ਲਓ ਇਹ ਕੁੰਡੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਜਿਹੜੀ ਹੈ ਹੁਣ ਲਿਆਂਦੀ ਗਈ ਹੈ ਫੋਰਸ ਦੇ ਵੱਲੋਂ ਇੱਥੇ ਲਿਆਂਦੀ ਗਈ ਹੈ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਕੁੰਡੀ ਦੇ ਨਾਲ ਉਸ ਬੱਚੇ ਨੂੰ ਜਿਹੜਾ ਵਾ ਕੱਢਿਆ ਜਾਵੇ ਤਾਂ ਇੱਕ ਇਹ ਵੀ ਗੱਲ ਤੁਹਾਨੂੰ ਦੱਸ ਦਈਏ ਕਿ ਜਿਸ ਬੱਚੇ ਜਿਸ ਟੀਮ ਨੇ ਜਿਸ ਅਧਿਕਾਰੀਆਂ ਨੇ ਫਤਿਹਵੀਰ ਨੂੰ ਕੱਢਿਆ ਸੀ ਬਾਹਰ ਉਸ ਟੀਮ ਨੂੰ ਵੀ ਇੱਥੇ ਬੁਲਾ ਲਿਆ ਗਿਆ ਉਹ ਟੀਮ ਵੀ ਜਿਹੜੀ ਹੈ ਇੱਥੇ ਪਹੁੰਚ ਚੁੱਕੀ ਹੈ ਤਾਂ ਹੁਣ ਆਸ ਕੀਤੀ ਜਾ ਰਹੀ ਹੈ ਤਾਂ ਦੇਖੋ ਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਯੰਤਰ ਨੇ ਉਹ ਇੱਥੇ ਇਸਤੇਮਾਲ ਕੀਤੇ ਜਾ ਰਹੇ ਨੇ ਕਿ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਨਾਲ ਜਿਹੜਾ ਵਾ ਬਾਹਰ ਕੱਢਿਆ ਜਾਵੇ ਤਾਂ ਕਿਤੇ ਕੁੰਡੀ ਤਿਆਰ ਕੀਤੀ ਹੋਈ ਹੈ ਕਿਤੇ ਰੱਸੀ ਦਾ ਜਿਹੜਾ ਬਣਾਇਆ ਹੋਇਆ ਫੰਦਾ ਬਣਾਇਆ ਹੋਇਆ ਉਸ ਨੂੰ ਤਿਆਰ ਕੀਤਾ ਹੋਇਆ ਤਾਂ ਪਾਣੀ ਵੀ ਅੰਦਰ ਭੇਜਿਆ ਜਾ ਰਿਹਾ ਹੈ ਕਿ ਪਾਣੀ ਵੀ ਬੱਚੇ ਨੂੰ ਜੇ ਤੇਜ਼ ਲੱਗੀ ਹੈ ਕਿਉਂਕਿ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਗਰਮੀ ਬਹੁਤ ਪੈ ਰਹੀ ਹੈ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਬੱਚੇ ਨੂੰ ਜਿਹੜਾ ਵਾ ਪਾਣੀ ਦੀ ਸਹੂਲਤ ਜਿਹੜੀ ਆ ਅੰਦਰ ਦਿੱਤੀ ਜਾਵੇ ਅੰਦਰ ਆਕਸੀਜਨ ਭੇਜੀ ਜਾਵੇ ਤਾਂ ਜੋ ਉਹ ਕੁਝ ਸਮਾਂ ਜਿਹੜਾ ਆਪਣਾ ਅੰਦਰ ਬਤੀਤ ਕਰੇ ਤਾਂ ਉਸ ਤੋਂ ਬਾਅਦ ਕੋਸ਼ਿਸ਼ ਜਿਹੜੀ ਨਿਰੰਤਰ ਜਾਰੀ ਹੈ ਕਿ ਅਧਿਕਾਰੀਆਂ ਦੇ ਵੱਲੋਂ ਉਸ ਬੱਚੇ ਨੂੰ ਬਾਹਰ ਕੱਢ ਲਿਆ ਜਾਵੇਗਾ ਤਾਂ ਵੱਖ ਵੱਖ ਲੋਕਾਂ ਦੇ ਵੱਲੋਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੀ ਜਿਹੜਾ ਵਾ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਬੱਚੇ ਨੂੰ ਜਲਦ ਤੋਂ ਜਲਦ ਬਾਹਰ ਕੱਢ ਲਿਆ ਜਾਵੇ ਦੂਸਰੇ ਪਾਸੇ ਹੋਰ ਤਸਵੀਰ ਤੁਹਾਨੂੰ ਦਿਖਾ ਦਾਂ ਕਿ ਇਹ ਜੋ ਤਸਵੀਰ JCB ਦੀ JCB 3 JCB ਇੱਥੇ ਖੜੀਆਂ ਕੀਤੀਆਂ ਗਈਆਂ ਨੇ ਜੇਕਰ ਇਸ ਦੇ ਪੈਰਲਰ ਇਸ ਬੋਰ ਦੇ ਪੈਰਲਰ ਕੋਈ ਟੋਆ ਪੁੱਟਣਾ ਪਿਆ ਕੋਈ ਖੱਡਾ ਮਾਰਨਾ ਪਿਆ ਤਾਂ ਉਸ ਨੂੰ ਵੀ ਜਿਹੜਾ ਵਾ ਮਾਰਨ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਵੀ ਇੱਥੇ ਕੀਤੀਆਂ ਜਾਣਗੀਆਂ ਤਾਂ ਉਹ ਸਾਹਮਣੇ ਜਿਹੜੀਆਂ JCB ਖੜੀਆਂ ਹੋਈਆਂ ਨੇ ਉਹ JCB ਵੀ ਇੱਥੇ ਖਿਲਾਰੀ ਗਈ ਹੈ ਕਿ ਜੇ ਪੈਰਲਰ ਇਸ ਦੇ ਟੋਆ ਪੁੱਟਣਾ ਪਿਆ ਤਾਂ ਉਹ ਵੀ ਪੁੱਟਣਗੇ ਤਾਂ ਦੂਸਰੇ ਪਾਸੇ ਲਗਾਤਾਰ ਐਕਸਪਰਟਸ ਦੀਆਂ ਰਾਏ ਦੇ ਨਾਲ ਸਲਾਹਾਂ ਦੇ ਨਾਲ ਇਹ ਸਭ ਕੁਝ ਜਿਹੜਾ ਵਾ ਕੀਤਾ ਜਾ ਰਿਹਾ ਕਿ ਜਲਦ ਤੋਂ ਜਲਦ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਬਾਹਰ ਕੱਢਿਆ ਜਾਵੇ ਤਾਂ ਸੀਨੀਅਰ ਅਧਿਕਾਰੀ ਜਿਹੜੇ NDRF ਦੇ ਵੀ ਜਾਂ ਵੱਖ ਵੱਖ ਟੁਕੜੀਆਂ ਦੇ ਵੀ ਜਿਹੜੇ ਇੱਥੇ ਮੌਜੂਦ ਹੈਗੇ ਨੇ ਤਾਂ ਉਹ ਵੀ ਲਗਾਤਾਰ ਗੱਲਬਾਤ ਕਰ ਰਹੇ ਨੇ ਆਪਣੇ ਅਧਿਕਾਰੀਆਂ ਦੇ ਨਾਲ ਵੱਖ ਵੱਖ ਤਰੀਕਿਆਂ ਦੇ ਨਾਲ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਨੇ ਕਿ ਅਸੀਂ ਜਲਦ ਤੋਂ ਜਲਦ ਇਸ ਜਗ੍ਹਾ ਦੇ ਉੱਪਰ ਹੋਰ ਇਹ ਕੁੰਡੀ ਜਿਹੜੀ ਆ ਅੰਦਰ ਕੋਸ਼ਿਸ਼ ਕੀਤੀ ਜਾਵੇਗੀ ਕਿ ਕੁੰਡੀ ਜਿਹੜੀ ਆ ਉਹ ਪਾ ਕੇ ਤਾਂ ਅੰਦਰ ਬੱਚੇ ਨੂੰ ਬਾਹਰ ਕੱਢਿਆ ਜਾਵੇ ਤਾਂ ਲਗਾਤਾਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਹ ਦੇਖੋ ਕਿ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਲਗਾਤਾਰ ਇੱਥੇ ਕੋਸ਼ਿਸ਼ਾਂ ਕਰ ਰਹੇ ਨੇ ਜਿਵੇਂ
लगातार जी है कोशिश की जा रही है। तो तार देखो कि नौजवानों के वलों तार भी जी है वो तैयार की जा रही है कि अंदर कली जाए, पर यह तार हूँ खोलिया जा रहा है क्योंकि हर तरह के प्रयोग करने की कोशिश की जा रही है। प्रयोग कुछ क जड़े आ नहीं इतने कामयाब हो रहे, तो इस करके वो जड़े है प्रयास लगातार जारी है। पर एक गल ये कि इस बोर दे विच ऑक्सीजन की पाइप अते तार की पाइप जी है वो पानी की पाइप तो ऑक्सीजन की पाइप जी लगातार अंदर भेजी हुई है कि बच्चा जड़ा है वो ऑक्सीजन भी लवे अते पानी भी लवे ता जो उसकी जिंदगी नू बचाया जा सके। क्योंकि जिस तरीके दे नाल ये रस्सी दे राही जिहड़ा वा अंदर भेजा गया सी, तां फिर तो दोबारा कोशिश की जा रही है कि इस जिहड़ी रस्सी नू पाइप दे विचों कि पाइप दे कारण सीधी सीधी जिहड़ी अंदर जावे, क्योंकि दस्या जा रहा कि 75 तो 80 फुट दी जिहड़ी डूंगी हैगी ने उस दे अंदर जिहड़ा वा भेजा जावे, तां सीधा सीधा रस्सी उन्हां दे तक पहुँचाई जावे। तां बई जी प्रयास लगातार जारी ने, कोई मूवमेंट हो रही है बच्चे दी अंदर? ਹੁਣ ਇਹ ਰੱਸੀ ਤੁਸੀਂ ਘੱਲੋਗੇ ਅੰਦਰ ਭੇਜ ਰਹੇ ਹੋ? ਤਾਂ ਅੰਦਰ ਕੋਈ ਅਗਲੇ ਪਾਸੋਂ ਕੋਈ ਕੁੰਡੀ ਪਾਓਗੇ ਕਿ ਜਾਂ ਕੋਈ ਫੰਦਾ ਬਣਾਇਆ ਅੱਗੇ? ਨਹੀਂ ਸਰ, ਅਸੀਂ ਹੁੱਕ ਬਣਾਉਣੀ ਆ। ਅੱਛਾ, ਹੁੱਕ ਬਣਾ ਕੇ ਉਹ ਸ਼ਹਿਰ ਦੇ ਕੱਪੜੇ ਫੜ ਕੇ ਫੇਂਕ ਦੇਣਾ। ਅੱਛਾ, ਕੱਪ ਭਾਜੀ ਕਰ ਰਹੇ ਸਾਰੇ। ਤਾਂ ਕਿਹੜੀਆਂ ਕਿਹੜੀਆਂ ਟੀਮਾਂ ਲੱਗੀਆਂ ਨੇ ਨਾਲ ਤੁਹਾਡੇ ਸਹਾਇਤਾ ਕਰ ਰਹੀਆਂ ਨੇ? ਚੰਡੀਗੜ੍ਹ ਟੀਮ ਹੈ। ਚੰਡੀਗੜ੍ਹ ਟੀਮ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਜਿਹਨੇ ਫਤਿਹਵੀਰ ਨੂੰ ਬਾਹਰ ਕੱਢਿਆ ਸੀ ਬੋਰਵੈਲ ਦੇ ਵਿੱਚ, ਉਹ ਵੀ ਟੀਮ ਇੱਥੇ ਪਹੁੰਚ ਰਹੀ ਹੈ? ਉਹ ਵੀ ਆ ਗਈ ਹੈ? ਉਹ ਸਰ ਆ ਰਹੀ ਟੀਮ ਆ ਗਈ। ਉਹ ਵੀ ਟੀਮ ਆ ਰਹੀ ਹੈ। ਤਾਂ ਲਗਾਤਾਰ ਪਿੰਡ ਵਾਲੇ ਲੋਕ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰ ਰਹੇ ਨੇ ਬਾਈ ਇਸ ਪਾਈਪ ਦੇ ਵਿੱਚ ਇਹ ਰੱਸੀ ਜਿਹੜੀ ਹੈ ਪਾਉਣਗੇ, ਤਾਂ ਲਗਾਤਾਰ ਜਿਹੜੀ ਹੈ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਬੋਰ ਦੇ ਵਿੱਚੋਂ ਬੱਚੇ ਨੂੰ ਬਾਹਰ ਕੱਢ ਲਿਆ ਜਾਵੇ। ਤਾਂ ਬਾਈ ਜੀ ਮੈਂ ਦੇਖ ਰਿਹਾ ਸੀਗਾ ਕਿ ਹੋਰ ਵੀ ਜਗਾੜਮੈਂਟ ਲਾਏ ਜਾ ਰਹੇ ਸੀਗੇ ਕਿ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਕੱਢਿਆ ਜਾਵੇ, ਕੁਝ ਕੁ ਯੰਤਰ ਤਾਂ ਫੇਲ ਵੀ ਹੋ ਰਹੇ ਨੇ? ਅੱਛਾ, ਪਹਿਲਾਂ ਹੀ ਕਰ ਲੱਗੇ। ਤਾਂ ਆਕਸੀਜਨ ਅਤੇ ਪਾਣੀ ਦੀ ਪਾਈਪ ਅੰਦਰ ਭੇਜੀ ਹੋਈ ਹੈ? ਆਕਸੀਜਨ ਅਤੇ ਪਾਣੀ। ਬੱਚਾ ਵੀ ਕਹਿੰਦੇ ਵੀ ਦੱਸਿਆ ਜਾ ਰਿਹਾ ਵੀ ਉਹ ਸਿਰ ਦੇ ਭਾਰ ਥੱਲੇ ਨੂੰ ਹੈਗਾ, ਬਾਹਾਂ ਤਾਣੂ ਮੂਵਮੈਂਟ ਕਰ ਰਿਹਾ। ਤਾਂ ਇਹ ਖੁਸ਼ੀ ਦੀ ਗੱਲ ਆ, ਇਹ ਇੱਕ ਚੰਗੀ ਗੱਲ ਆ। ਤਾਂ ਇਹ ਆਹ ਦੇਖੋ ਕਿ ਪਾਈਪ ਜਿਹੜੀ ਹੈ ਰੱਸੀ ਦੇ ਪਾਈਪ ਦੇ ਵਿੱਚੋਂ ਰੱਸੀ ਕੱਢੀ ਜਾ ਰਹੀ ਹੈ ਤਾਂ ਜੋ ਸਿੱਧੀ ਸਿੱਧੀ ਜਿਹੜੀ ਹੈ ਉਹ ਪਾਈਪ ਦੇ ਵਿੱਚੋਂ ਲਗਾਤਾਰ ਕੋਸ਼ਿਸ਼ ਦੇਖੋ ਕਿ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਬੱਚੇ ਨੂੰ ਬਾਹਰ ਕੱਢ ਲਿਆ ਜਾਵੇ ਤਾਂ ਪਾਈਪ ਦੇ ਵਿੱਚੋਂ ਦੀ ਰੱਸੀ ਲੰਘਾਈ ਜਾ ਰਹੀ ਹੈ। ਤਾਂ ਉਹੀ 70 ਤੋਂ 75 ਫੁੱਟ ਜਾਂ 80 ਫੁੱਟ ਦੀ ਇਹ ਪਾਈਪ ਨੂੰ ਤਿਆਰ ਕੀਤਾ ਜਾਵੇਗਾ। ਤਾਂ ਇਹ ਪਾਈਪ ਨੂੰ ਤਿਆਰ ਕਰਨ ਤੋਂ ਬਾਅਦ ਅੰਦਰ ਘੱਲਿਆ ਜਾਵੇਗਾ। ਤਾਂ ਬਾਈ ਜੀ ਤੁਸੀਂ ਤਾਂ ਪਿੰਡੋਂ ਹੀ ਹੋਵੋਗੇ ਕਿ ਜਾਂ ਤੁਸੀਂ ਤੁਹਾਡਾ ਨਾਲ ਦਾ ਪਿੰਡ ਆ, ਮਤਲਬ ਬੱਚੇ ਦੀ ਖਬਰ ਸੁਣ ਕੇ ਉਸੇ ਵੇਲੇ ਫਿਰ ਤੁਸੀਂ ਭੱਜਿਆ ਏ? ਹਾਂ, ਤਾਂ ਕੋਈ ਐਕਸਪਰਟ ਫਿਰ ਨਾਲ ਲੱਗੇ ਨੇ, ਤੁਸੀਂ ਉਹਨਾਂ ਨਾਲ ਸੇਵਾ ਹੀ ਕਰਾ ਰਹੇ ਹੋ? ਹਾਂ, ਮੂਵਮੈਂਟ ਬੱਚੇ ਦੀ ਹੋ ਰਹੀ ਹੈ, ਕਹਿੰਦੇ ਵੀ ਹੱਥ ਹਿੱਲ ਰਹੇ ਨੇ, ਹੁਣ ਇਹ ਰੱਸੀ ਪਾਓਗੇ ਹੱਥ 'ਚ। ਚਲੋ, ਇਹ ਇੱਕ ਪ੍ਰਯਾਸ ਜਿਹੜਾ ਵਾ ਇਹਨਾਂ ਬੰਦਿਆਂ ਦੇ ਵੱਲੋਂ ਕੀਤਾ ਜਾ ਰਿਹਾ, ਹਾਲਾਂਕਿ ਐਕਸਪਰਟ ਦੇ ਵੱਲੋਂ ਵੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਪਰ ਪਿੰਡ ਵਾਲਿਆਂ ਦਾ ਸਹਾਰਾ ਬਹੁਤ ਹੈ, ਨਾਲ ਹੀ ਪਾਣੀ ਦਾ ਪ੍ਰਬੰਧ ਕਰ ਲਿਆ, ਨਾਲ ਹੀ ਇੱਥੇ ਖਾਣ ਪੀਣ ਦਾ ਪ੍ਰਬੰਧ ਇਹਨਾਂ ਨੇ ਕਰ ਲਿਆ ਤਾਂ ਜੋ ਕਿਸੇ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਹੈ ਉਹ ਦਿੱਕਤ ਨਾ ਆ ਸਕੇ। ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀਆਂ ਗਲਤੀਆਂ ਫਤਿਹਵੀਰ ਵਾਰੀ ਹੋਈਆਂ ਸੀ ਉਹ ਗਲਤੀਆਂ ਹੁਣ ਇਸ ਵਾਰ ਨਾ ਹੋਣ, ਜਲਦ ਤੋਂ ਜਲਦ ਬੱਚੇ ਨੂੰ ਬਾਹਰ ਕੱਢ ਕੇ ਉਸਦੀ ਜਾਨ ਬਚਾ ਲਈ ਜਾਵੇ। ਤਾਂ ਮੈਂ ਜਿਵੇਂ ਸ਼ੁਰੂ ਤੋਂ ਹੀ ਦੱਸ ਰਿਹਾ ਸੀ ਤੁਹਾਨੂੰ ਕਿ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਬੋਰਵੈੱਲ ਦੇ ਵਿੱਚ ਆਕਸੀਜਨ ਅਤੇ ਪਾਣੀ ਦੀ ਪਾਈਪ ਭੇਜੀ ਹੋਈ ਹੈ, ਮੂਵਮੈਂਟ ਹੋ ਰਹੀ ਹੈ, ਬੱਚੇ ਨੂੰ ਜਿਹੜਾ ਵਾ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਆਵੇ। ਕਿਉਂਕਿ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਬੱਚੇ ਨੂੰ ਬਾਹਰ ਕੱਢਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਨੇ ਨਿਰੰਤਰ ਜਾਰੀ ਨੇ। ਪੰਜਾਬ ਪੁਲਿਸ ਦੇ ਮੁਲਾਜ਼ਮ ਆਪ ਖੁਦ ਲੱਗੇ ਨੇ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਆਪ ਪਾਈਪਾਂ ਫੜੀਆਂ ਹੋਈਆਂ ਨੇ ਕਿ ਬੱਚੇ ਨੂੰ ਜਲਦ ਤੋਂ ਜਲਦ ਬਾਹਰ ਕੱਢ ਲਿਆ ਜਾਵੇ। ਤਾਂ ਦੂਜੇ ਪਾਸੇ ਆਹ ਦੇਖੋ ਕਿ ਜਨਰੇਟਰ ਨੂੰ ਆਪ ਖੁਦ ਹੱਥ ਪਾਇਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਦੀ ਸਹਾਇਤਾ ਕੀਤੀ ਜਾਵੇ। ਤਾਂ ਇੱਕ ਪਾਸੇ ਕਹਿ ਸਕਦੇ ਹਾਂ ਕਿ ਹਰ ਕੋਈ
ਜਿਹੜਾ ਵਾ ਆਪਣਾ ਪ੍ਰਯਾਸ ਕਰ ਰਿਹਾ ਤਾਂ ਦੇਖੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਆਪ ਪਾਈਪ ਫੜ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚੇ ਨੂੰ ਬਾਹਰ ਕੱਢ ਲਿਆ ਜਾਵੇ ਕਿਉਂਕਿ ਹਰ ਇੱਕ ਦਾ ਹਿਰਦਾ ਜਿਹੜਾ ਇਸ ਵੇਲੇ ਵਲੁੰਦਰਿਆ ਹੋਇਆ ਕਿ ਬੱਚੇ ਦੇ ਨਾਲ ਇਸ ਕਿਸਮ ਦਾ ਹਾਦਸਾ ਹੋ ਜਾਣਾ ਵੀ ਮੰਦਭਾਗੀ ਗੱਲ ਹੈ। ਤਾਂ ਬਾਈ ਅਮਰਜੀਤ ਹੋਣੀ ਵੀ ਜਿਹੜਾ ਦੇਖੋ ਕਿ ASI ਨੇ ਤਾਂ ਇਹ ਖੁਦ ਪਾਈਪ ਜਿਹੜੀ ਹੈ ਫੜ ਕੇ ਰੱਸੀ ਵਿੱਚੋਂ ਲੰਘਾ ਰਹੇ ਨੇ। ਤਾਂ ਬਾਈ ਹੋਣੀ ਰੱਸੀ, ਬਾਈ ਜੀ ਕਿੰਨੇ ਕੁ ਫੁੱਟ ਪਾਈਪ ਤਿਆਰ ਕਰਨੀ ਹੈ? ਇਹ 100 ਫੁੱਟ ਤਿਆਰ ਕਰੋਗੇ ਤਾਂ 100 ਫੁੱਟ ਜਿਹੜੀ ਹੈ ਇਹ ਪਾਈਪ ਤਿਆਰ ਕਰਨੀ ਹੈ, ਵਿੱਚੋਂ ਰੱਸੀ ਲੰਘਾਉਣੀ ਆ। ਤਾਂ ਸਾਰੇ ਜਿਹੜੇ ਆ ਇਹ ਲਾਗਿਓਂ ਪਿੰਡੋਂ ਆਏ ਨੇ, ਨੌਜਵਾਨ ਆਏ ਨੇ ਕਿ ਕੋਸ਼ਿਸ਼ ਕੀਤੀ ਜਾ ਰਹੀ ਕਿ ਅੱਜ ਇਸ ਬੱਚੇ ਨੂੰ ਜੀਵਤ ਕੱਢਿਆ ਜਾਵੇ ਬਾਹਰ, ਕਿਉਂਕਿ ਜਾਨ ਬੱਚੇ ਦੀ ਜਿਹੜੀ ਹੈ ਉਹ ਬਹੁਤ ਕੀਮਤੀ ਹੈ। ਬਾਬਾ ਜੀ ਬੋਰ ਕਿੰਨਾ? 350 ਤੇ ਬੱਚਾ ਕਹਿੰਦੇ 75 ਕਿਤੇ ਅੜਿਆ, 90-95 ਤੇ ਹੋਊਗਾ, 90-95 ਤੇ ਹੋ ਸਕਦਾ। ਹਾਂ ਫਿਰ 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 ਰੱਸੀ ਵੀ ਧਿਆਨ ਨਾਲ ਪਾਉਣੀ ਪੈਣੀ, ਕਿਤੇ ਹੋਰ ਗਾਹ ਨਾ ਲੰਘ ਜੇ। ਹਾਂ ਕੋਸ਼ਿਸ਼ ਕਰ ਰਹੇ। ਤਾਂ ਦੇਖੋ ਕਿ ਬਾਬਾ ਜੀ ਵੀ ਕਹਿ ਰਹੇ ਨੇ ਕਿ ਕੋਸ਼ਿਸ਼ ਜਿਹੜੀ ਆ ਆਪਣੇ ਵੱਲੋਂ ਕੀਤੀ ਜਾਣੀ ਆ। ਇੱਧਰ ਲੰਗਰ ਦੇ ਪ੍ਰਬੰਧ ਹੋ ਗਏ ਨੇ, ਆਕਸੀਜਨ ਜਿਹੜੀ ਇਹ ਨੌਜਵਾਨ ਉਹ ਵਾਲੇ ਨੇ ਜਿਹੜੇ ਸਵੇਰ ਤੋਂ ਹੀ ਆਕਸੀਜਨ ਦਾ ਪ੍ਰਬੰਧ ਇੱਥੇ ਆ ਕੇ ਉਹਨਾਂ ਨੇ ਬੱਚੇ ਨੂੰ ਦੇਖਿਆ। ਇਹ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਗੜ੍ਹਦੀ ਵਾਲਾ ਦੇ ਬਹੁਤ ਇੱਕ ਨਾਮੀ ਸੰਸਥਾ ਹੈ, ਤਾਂ ਉਸ ਸੰਸਥਾ ਦੇ ਇਹ ਸਾਰੇ ਸੇਵਾਦਾਰ ਨੇ ਜੋ ਆ ਕੇ ਸਵੇਰ ਤੋਂ ਹੀ ਲੱਗੇ ਹੋਏ ਸੀਗੇ, ਕੋਸ਼ਿਸ਼ ਕਰ ਰਹੇ ਸੀਗੇ ਕਿ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਕੱਢ ਲਿਆ ਜਾਵੇ। ਤਾਂ ਇਹ ਹੁਣ 100 ਫੁੱਟ ਦੇ ਕਰੀਬ ਇਹ ਰੱਸੀ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ, ਪਾਈਪ ਦੇ ਵਿੱਚੋਂ ਰੱਸੀ ਲੰਘਾਈ ਜਾ ਰਹੀ ਹੈ। ਤਾਂ ਵੱਖ ਵੱਖ ਤਰ੍ਹਾਂ ਦੇ ਯੰਤਰ ਜਿਹੜੇ ਹੈ ਉਹ ਇੱਥੇ ਇਸਤੇਮਾਲ ਕੀਤੇ ਜਾਣੇ ਨੇ। ਤਾਂ ਦੇਖੋ ਕਿ ਨੌਜਵਾਨ ਦੇ ਹੱਥ ਦੇ ਵਿੱਚ ਟੈਕਨੀਕਲ ਚੀਜ਼ਾਂ ਨੇ, ਤਾਂ ਉਹ ਚੀਜ਼ਾਂ ਦੇ ਨਾਲ ਹੀ ਬੱਚੇ ਨੂੰ ਜਿਹੜਾ ਵਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਤਾਂ ਪਾਈਪ ਦੇਖੋ ਕਿ ਪਾਈਪਾਂ ਪਾਈਆਂ ਹੋਈਆਂ ਨੇ, ਬਾਈ ਹੋਣਾ ਨੇ ਆਕਸੀਜਨ ਦੀ ਪਾਈ ਹੋਈ ਹੈ, ਅਤੇ ਅੰਦਰ ਕੈਮਰੇ ਵੀ ਭੇਜੇ ਹੋਏ ਨੇ ਕਿ ਮੂਵਮੈਂਟ ਜਿਹੜੀ ਹੈ ਨਾਲ ਦੀ ਨਾਲ ਬੱਚੇ ਦੀ ਦਿਖਾਈ ਦੇਵੇ। ਤਾਂ ਬੱਚੇ ਦੀ ਮੂਵਮੈਂਟ ਜਿਹੜੀ ਹੈ ਉਹ ਵੀ ਕੋਸ਼ਿਸ਼ ਜਾ ਰਹੀ ਹੈ। ਇੱਥੇ ਨੌਜਵਾਨ ਕੀ ਬਜ਼ੁਰਗ ਕੀ ਹਰ ਇੱਕ ਵਿਅਕਤੀ ਦੇ ਵੱਲੋਂ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਖੁਦ ਵੀ ਲੱਗੇ ਹੋਏ ਨੇ। ਤਾਂ ਵੱਖ ਵੱਖ ਟੁਕੜੀਆਂ ਦੇ ਆਫਿਸਰ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਲਦ ਤੋਂ ਜਲਦ ਬਾਹਰ ਕੱਢ ਲਿਆ ਜਾਵੇ। ਤਾਂ ਹਰ ਇੱਕ ਤਕਨੀਕ ਜਿਹੜੀ ਹੈ ਉਹ ਵਰਤਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇਹ ਰੱਸੀ ਤਿਆਰ ਕੀਤੀ ਜਾ ਰਹੀ ਹੈ ਕਿ ਇਸ ਰੱਸੀ ਦੇ ਨਾਲ ਬੱਚੇ ਨੂੰ ਬਾਹਰ ਕੱਢ ਲਿਆ ਜਾਵੇ। ਇਹ ਅੰਦਰ ਪਾਈਪ ਭੇਜੀ ਜਾਵੇਗੀ, ਸਿੱਧੀ ਸਿੱਧੀ ਰੱਸੀ ਜਿਹੜੀ ਅੰਦਰ ਜਾਵੇਗੀ, ਤਾਂ ਉਸ ਦੇ ਵਿੱਚੋਂ ਜਿਹੜਾ ਵਾ ਬੱਚੇ ਨੂੰ ਬਾਹਰ ਕੱਢ ਲਿਆ ਜਾਵੇ। ਤਾਂ ਇਹ ਤਸਵੀਰ ਤੁਹਾਨੂੰ ਅਸੀਂ ਖਿਆਲਾ ਪਿੰਡ ਦੀ ਦਿਖਾ ਰਹੇ ਹਾਂ, ਜਿੱਥੇ 6 ਸਾਲਾ ਬੱਚਾ ਜਿਹੜਾ ਹੈ ਉਹ ਕੁੱਤੇ ਤੋਂ ਬਚਾ ਕਰਦਾ ਇੱਥੇ ਬੋਰਵੈਲ ਦੇ ਵਿੱਚ ਜਾ ਡਿੱਗਾ। ਤਾਂ ਬਾਈ ਹੁਣਾਂ ਦੇ ਵੱਲੋਂ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸ ਬੱਚੇ ਨੂੰ ਜਿਹੜਾ ਵਾ, ਤਾਂ ਉਹ ਦੇਖੋ ਬਜ਼ੁਰਗ ਲੱਗੇ ਹੋਏ ਨੇ, ਪੰਜਾਬ ਪੁਲਿਸ ਦੇ ਮੁਲਾਜ਼ਮ ਖੁਦ ਲੱਗੇ ਹੋਏ ਨੇ, ਨੌਜਵਾਨ ਲੱਗੇ ਹੋਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤਾਂ ਦੇਖੋ ਕਿ ਤਾਂ ਆਰਮੀ ਵੀ ਪਹੁੰਚ ਚੁੱਕੀ ਹੈ ਕੋਸ਼ਿਸ਼ ਜਿਹੜੀ ਹੈ ਹਰ ਕਿਸਮ ਦੀ ਕੀਤੀ ਜਾ ਰਹੀ ਹੈ, ਚਾਹੇ ਉਹ ਪਾਈਪ ਦੀ ਆ ਜਿਹੜੀ ਪਾਈਪ ਤੁਸੀਂ ਦੇਖ ਰਹੇ ਹੋ, ਇਹ ਪਾਈਪ ਦੇ ਵਿੱਚੋਂ ਤਾਰ ਕੱਢੀ ਜਿਹੜੀ ਹੈ ਰੱਸੀ ਕੱਢੀ ਹੋਈ ਹੈ। 100 ਦੇ ਕਰੀਬ ਫੁੱਟ ਦੇ ਇਸ ਨੂੰ ਤਿਆਰ ਕੀਤਾ ਜਾਣਾ। ਇਸ ਤੋਂ ਬਾਅਦ ਮੰਦਰ ਦੇ ਜਨਮ ਤੱਕ ਨਾਲ ਦੀ ਨਾਲ ਇਹ ਵੀ ਤੁਹਾਨੂੰ ਦਿਖਾਈ ਦਿੰਦੇ ਹਾਂ ਕਿ ਹਰ ਇੱਕ